ਦੇਖੋ ਜੀ, ਇਨਫੋਰਮੇਸ਼ਨ ਆਈ ਸੀ ਆਪਾਂ ਨੂੰ ਵੀ ਇੱਕ ਕਾਰ ਰਾਜਵੰਤ ਹੋਸਪਿਟਲ ਸਾਈਡ ਤੋਂ ਆ ਰਹੀ ਸੀਗੀ ਅਤੇ ਸਿੱਧੀ ਉਹ ਫਾਸਟਲੀ ਨਹਿਰ ਵਿੱਚ ਡਿੱਗੀ ਹੈ, ਤਾਂ ਅਸੀਂ ਤੁਰੰਤ ਮੌਕੇ 'ਤੇ ਪਹੁੰਚੇ ਸੀਗੇ ਅਤੇ ਇੱਥੇ ਆ ਕੇ ਆਪਾਂ ਐਫਰਟਸ ਵੀ ਕੀਤੇ ਹੈਗੇ ਆ, ਮੌਕੇ 'ਤੇ ਗੋਤਾਖੋਰ ਬੁਲਾ ਲਏ ਸੀਗੇ, ਹੈਡਰ ਵਗੈਰਾ ਬੁਲਾ ਲਈ ਸੀ, ਬਟ ਹਨੇਰਾ ਹੋਣ ਕਰਕੇ ਔਰ ਪਾਣੀ ਦੀ ਸਪੀਡ ਵੀ ਕਾਫੀ ਹੈ ਅਤੇ ਫਿਲਹਾਲ ਕੁਛ ਨਹੀਂ ਪਤਾ ਲੱਗਿਆ। ਰੋਹਿਤ ਜੀ, ਕੁਛ ਪਤਾ ਚੱਲਿਆ ਕਿ ਕਾਰ 'ਚ ਕਿੰਨੇ ਲੋਕ ਸਵਾਰ ਸੀਗੇ? ਨਹੀਂ, ਹਾਲਾਂ ਇਸ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ ਜੀ। ਅਤੇ ਸਰ ਇਹ ਪਤਾ ਲੱਗਿਆ ਜੀ ਗੱਡੀ ਕਿੱਦਾਂ ਮਤਲਬ ਗਿਰੀ ਇਹ ਨਹਿਰ ਦੇ ਵਿੱਚ? ਨਹੀਂ ਜੀ, ਨਾ ਮੌਕੇ 'ਤੇ ਇਹੀ ਦੱਸ ਰਿਹਾ ਵੀ ਗੱਡੀ ਜਿਹੜੀ ਹੈ ਰਾਜਵੰਤ ਹੋਸਪਿਟਲ ਵਾਲੀ ਸਾਈਡ ਤੋਂ ਮਾਰੀ ਸੀਗੀ ਅਤੇ ਉਹ ਸਿੱਧੀ ਹੀ ਨਹਿਰ 'ਚ ਉਤਰ ਗਈ।